ਅੱਜ ਅਸੀਂ ਤੁਹਾਨੂੰ ਇੱਕ ਸਰਕਾਰੀ ਸਕੂਲ ਵਿਖਾਉਂਦੇ ਹਾਂ ਜਿੱਥੇ ਪ੍ਰਾਈਵੇਟ ਸਕੂਲ ਛੱਡ ਕੇ ਸਰਕਾਰੀ ਸਕੂਲ ਦੇ ਵਿੱਚ ਪੜ੍ਹਨ ਦੇ ਲਈ ਵਿਦਿਆਰਥੀ ਆ ਰਹੇ ਹਨ। ਖਾਣਾ ਵੀ ਘਰ ਦੇ ਖਾਣੇ ਨਾਲੋਂ ਵਧੀਆ ਅਤੇ ਘਰ ਤੋਂ ਸਕੂਲ ਮੁਫਤ ਵੈਨ ਲੈ ਕੇ ਆਉਂਦੀ ਹੈ। ਇਹ ਸਭ ਅਧਿਆਪਕਾਂ ਤੇ ਨਗਰ ਦੇ ਸਹਿਯੋਗ ਨਾਲ ਹੋ ਰਿਹਾ ਹੈ। ਪਿੰਡ ਦੇ ਲੋਕਾਂ ਨੇ ਐਲਾਨ ਕੀਤਾ ਹੈ ਕਿ ਹੁਣ ਪ੍ਰਾਈਵੇਟ ਸਕੂਲ ਦੇ ਵਿੱਚ ਨਹੀਂ ਇਸ ਸਰਕਾਰੀ ਸਕੂਲ ਦੇ ਵਿੱਚ ਹੀ ਉਹ ਆਪਣੇ ਬੱਚਿਆਂ ਨੂੰ ਪੜ੍ਹਾਉਣਗੇ। ਇਹ ਜੋ ਸਕੂਲ ਤੁਸੀਂ ਵੇਖ ਰਹੇ ਹੋ ਇਹ ਸਰਕਾਰੀ ਐਲੀਮੈਂਟਰੀ ਸਕੂਲ ਕਪੂਰਗੜ੍ਹ ਦਾ ਹੈ, ਜਿੱਥੇ ਸਕੂਲੀ ਬੱਚਿਆਂ ਨੂੰ ਪ੍ਰਾਈਵੇਟ ਸਕੂਲ ਨਾਲੋਂ ਵੱਧ ਸਹੂਲਤਾਂ ਮਿਲ ਰਹੀਆਂ ਹਨ। ਖੇਡਣ ਦੇ ਲਈ ਝੂਲੇ ਅਤੇ ਵਧੀਆ ਅਧਿਆਪਕ ਜੋ ਵਧੀਆ ਤਰੀਕੇ ਦੇ ਨਾਲ ਪੜ੍ਹਾਈ ਕਰਵਾਉਂਦੇ ਹਨ। ਪਿੰਡ ਦੇ ਲੋਕਾਂ ਨੇ ਐਲਾਨ ਕੀਤਾ ਕਿ ਹੁਣ ਉਹ ਪ੍ਰਾਈਵੇਟ ਸਕੂਲ ਦੇ ਵਿੱਚ ਨਹੀਂ ਬਲਕਿ ਆਪਣੇ ਬੱਚਿਆਂ ਨੂੰ ਇਸੇ ਸਕੂਲ ਦੇ ਵਿੱਚ ਪੜ੍ਹਾਉਣਗੇ। ਇਸ ਸਕੂਲ ਦੇ ਵਿੱਚ ਜ਼ਿਲ੍ਹਾ ਸਿੱਖਿਆ ਅਫਸਰ ਦਿਨੇਸ਼ ਕੁਮਾਰ ਪਹੁੰਚੇ, ਜਿਨ੍ਹਾਂ ਨੇ ਕਿਹਾ ਕਿ ਸਾਡੇ ਸਰਕਾਰੀ ਸਕੂਲ ਦੇ ਵਿੱਚ ਕਈ ਟੈਸਟ ਪਾਸ ਅਧਿਆਪਕ ਹਨ ਜੋ ਪ੍ਰਾਈਵੇਟ ਸਕੂਲਾਂ ਦੇ ਮੁਕਾਬਲੇ ਬਹੁਤ ਵਧੀਆ ਪੜ੍ਹਾਉਂਦੇ ਹਨ। ਉਹਨਾਂ ਨੂੰ ਬਹੁਤ ਖੁਸ਼ੀ ਮਹਿਸੂਸ ਹੋਈ ਕਿ ਲੋਕਾਂ ਨੇ ਆਪਣੇ ਬੱਚਿਆਂ ਨੂੰ ਪ੍ਰਾਈਵੇਟ ਸਕੂਲ ਤੋਂ ਹਟਾ ਕੇ ਇਸ ਸਕੂਲ ਦੇ ਵਿੱਚ ਪੜ੍ਹਾਉਣਾ ਸ਼ੁਰੂ ਕਰ ਦਿੱਤਾ। ਕਪੂਰਗੜ੍ਹ ਵਿੱਚ ਆ ਕੇ ਮੈਨੂੰ ਇਸ ਗੱਲ ਦਾ ਵਿਸ਼ਵਾਸ ਹੋਇਆ ਕਿ ਲੋਕਾਂ ਨੇ ਜੋ ਸਰਕਾਰੀ ਸਕੂਲਾਂ ਪ੍ਰਤੀ ਬੇਰੁਖੀ ਸੀ ਉਹ ਤੋਂ ਪਾਸਾ ਮੋੜਿਆ, ਅਤੇ ਮੈਂ ਇਸ ਗੱਲ ਲਈ ਵੀ ਬਹੁਤ ਚੇਚੇ ਤੌਰ 'ਤੇ ਧੰਨਵਾਦੀ ਹਾਂ ਜਿਹੜਾ ਸਮੁੱਚੀ ਪੰਚਾਇਤ ਨੇ ਇਹ ਫੈਸਲਾ ਕੀਤਾ ਕਿ ਸਾਡੇ ਪਿੰਡ ਦਾ ਕੋਈ ਵੀ ਬੱਚਾ ਪ੍ਰਾਈਵੇਟ ਸਕੂਲ 'ਚ ਨਹੀਂ ਜਾਊਗਾ, ਸਰਕਾਰੀ ਸਕੂਲ 'ਚ ਆਉਣਗੇ। ਅਤੇ ਇਸ ਗੱਲ ਲਈ ਮੈਂ ਪੰਚਾਇਤ ਨੂੰ ਆਪਣੇ ਵੱਲੋਂ ਵਿਸ਼ਵਾਸ ਦਵਾਇਆ ਕਿ ਇਸ ਕੰਮ ਲਈ ਉਹ ਜਦੋਂ ਵੀ ਜਿਹੜੀ ਵੀ ਮਦਦ ਚਾਹੁਣ ਉਸ ਕੰਮ ਲਈ ਮੈਨੂੰ ਦਿਨ ਨੂੰ ਸਵੇਰ ਨੂੰ ਸ਼ਾਮ ਨੂੰ ਜਦੋਂ ਵੀ ਸੱਦਣਗੇ ਮੈਂ ਉਹਨਾਂ ਦੇ ਕੋਲ ਹਾਜ਼ਰ ਹੋਣ ਨੂੰ ਤਿਆਰ ਹਾਂ। ਅਤੇ ਚੇਚੇ ਤੌਰ 'ਤੇ ਧੰਨਵਾਦੀ ਹਾਂ CIT ਦਾ ਜਿਹਨੇ ਇਹ ਸਾਰਾ ਮਾਹੌਲ ਬਣਾਇਆ, ਸਕੂਲ ਦਾ ਮਾਹੌਲ ਸਾਜ਼ਗਰ ਬਣਾ ਕੇ ਪਿੰਡ ਦੇ ਲੋਕਾਂ ਨੂੰ ਨਾਲ ਜੋੜਿਆ ਅਤੇ ਸਾਨੂੰ ਇਸ ਗੱਲ ਇੱਥੇ ਸਾਰਿਆਂ ਦੇ ਦਰਸ਼ਨ ਕਰਨ ਦਾ ਮੌਕਾ ਦਿੱਤਾ, ਮੈਂ ਧੰਨਵਾਦੀ ਹਾਂ। ਪ੍ਰੀ ਪ੍ਰਾਇਮਰੀ 43 ਬੱਚੇ ਦਾਖਲ ਕੀਤੇ ਆ, ਹੋਰ ਆਲੇ ਦੁਆਲੇ ਦੇ ਪਿੰਡ ਬੱਚੇ ਪ੍ਰੇਰਿਤ ਹੋਣਗੇ ਕਿਉਂਕਿ ਜਿੰਨੀ ਗਿਣਤੀ ਵਿੱਚ ਅੱਜ ਸਾਡੇ ਕੋਲ ਇੱਥੇ ਸਾਡੇ ਕੋਲ ਪੇਰੈਂ ਮਾਪੇ ਹਾਜ਼ਰ ਸੀਗੇ ਉਹ ਸਾਰੇ ਇਸ ਗੱਲ ਤੋਂ ਪ੍ਰੇਰਿਤ ਹੋਏ ਆ, ਸਕੂਲ ਦੇ ਮਾਹੌਲ ਤੋਂ, ਪਿੰਡ ਦੇ ਪਤਵੰਤ ਸੱਜਣਾਂ ਦੀ ਗਾਈਡੈਂਸ ਤੋਂ ਅਤੇ ਸਕੂਲ ਦੇ ਅਧਿਆਪਕਾਂ ਦੀ ਵਾਤਾਵਰਨ ਤੋਂ। ਪਿੰਡ ਦੇ ਸਰਪੰਚ ਜਸਬੀਰ ਸਿੰਘ ਅਤੇ ਡਾਕਟਰ ਮੱਗਰ ਸਿੰਘ ਨੇ ਕਿਹਾ ਕਿ ਉਹ ਆਪਣੇ ਬੱਚਿਆਂ ਨੂੰ ਇਸ ਸਕੂਲ ਦੇ ਵਿੱਚ ਪੜ੍ਹਾਉਣ ਦੇ ਵਾਸਤੇ ਲੈ ਕੇ ਆਉਣਗੇ। ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਸਕੂਲ ਦੇ ਵਿੱਚ ਬੱਚਿਆਂ ਨੂੰ ਜੋ ਖਾਣ ਦੇ ਲਈ ਖਾਣਾ ਦਿੱਤਾ ਜਾਂਦਾ ਹੈ ਉਹ ਘਰ ਨਾਲੋਂ ਵੀ ਵਧੀਆ ਹੈ। ਇਸ ਮੌਕੇ ਉਹਨਾਂ ਨੇ ਹੋਰ ਕੀ ਕਿਹਾ, ਆਓ ਸੁਣਦੇ ਹਾਂ। ਜਿੱਦਾਂ ਪ੍ਰਾਈਵੇਟ ਸਕੂਲ ਸਾਡੇ ਏਰੀਆ ਦੇ ਵਿੱਚ ਅਲੱਗ ਅਲੱਗ ਹੈਗੇ, ਉਹ ਸਾਰੇ ਪੇਰੈਂਟਸ ਦੇਖ ਕੇ ਪੜ੍ਹਾਈ ਸਕੂਲ ਨੂੰ ਪੜ੍ਹਾਈ ਨੂੰ ਦੇਖ ਕੇ ਔਰ ਸਰ ਬੰਸਲ ਸਾਹਿਬ ਵੀ ਦੇਖ ਕੇ ਉਹਨਾਂ ਦੀ ਕਾਰਗੁਜ਼ਾਰੀ ਨੂੰ ਆਟੋਮੈਟਿਕਲੀ ਸਰ ਆਪਣੇ ਆਪ ਬੱਚੇ ਇੱਥੇ ਲਾਉਣ ਨੂੰ ਤਿਆਰ ਹੋ ਗਏ। ਸਰ ਵੀ ਕਰ ਰਹੇ ਆ, ਕੁਛ ਪਿੰਡ ਸਾਂਝੇ ਪੰਚਾਇਤ ਸਰ ਵੀ ਕਰ ਰਹੇ ਨੇ ਸਰ, ਆਟੋਮੈਟਿਕਲੀ ਸਰ ਮਤਲਬ ਵੀ ਖਾਣ ਪੀਣ ਦਾ ਵੀ ਹੋ ਗਿਆ ਔਰ ਕਾਰਗੁਜ਼ਾਰੀ ਮਤਲਬ ਵੀ ਆਟੋਮੈਟਿਕ ਚੱਲ ਰਿਹਾ। ਕੋਈ ਵੈਨ ਦਾ ਵੀ ਇੰਤਜ਼ਾਮ ਕੀਤਾ? ਹਾਂਜੀ ਸਰ, ਵੈਨ ਵੀ ਲੱਗੀ ਹੋਈ ਹੈ ਸਰ, ਵੈਨ ਵੀ ਸਰ ਨੇ ਆਪਣੇ ਖਰਚੇ ਲਾਈ ਵੀ ਸਰ, ਪੰਚਾਇਤ ਖਰਚੇ ਵੀ ਨਾਲ ਬਰਾਬਰ ਚੱਲਦੇ ਸਰ। ਕਿੱਥੇ ਫਿਰ ਉਹ ਵੈਨ ਕੀ ਕਰਦੀ ਹੈ ਸਰ? ਤਿੰਨ ਪਿੰਡਾਂ ਵਿੱਚੋਂ ਵੈਨ ਬੱਚੇ ਲੈ ਕੇ ਆਉਂਦੇ ਸਰ, ਟੀਚਰ ਵੀ ਰੱਖੇ ਮੈਨੂੰ ਉਹ ਵੀ ਲੈ ਕੇ ਆਉਂਦੇ ਸਰ ਜੀ। ਉਸ ਵਕਤ ਦੇ ਸਕੂਲ ਦੀ ਖਸਤਾ ਹਾਲਤ ਸੀਗੀ, ਲੇਕਿਨ ਜਿਸ ਇਹਨਾਂ ਨੇ ਸਾਡੇ ਨਾਲ 6 ਮਹੀਨੇ ਦਾ ਵਾਅਦਾ ਕੀਤਾ ਸੀਗਾ ਕਿ ਸਾਨੂੰ 6 ਮਹੀਨੇ ਦਿਓ, 6 ਮਹੀਨੇ ਦੇ ਵਿੱਚ ਤੁਹਾਨੂੰ ਅਸੀਂ ਆਪਣੇ ਬੱਚਿਆਂ ਦਾ ਜਿਹੜਾ ਸਕੂਲ ਦਾ ਜਿਹੜਾ ਬਦਲ ਕੇ ਦਿਖਾ ਦਾਂਗੇ ਢਾਂਚਾ ਸਾਰਾ ਜੀ। ਔਰ ਇਹਨਾਂ ਨੂੰ ਮੇਰਾ ਖਿਆਲ 3.5 ਮਹੀਨੇ ਹੋਏ ਹਨ ਅਤੇ ਵਾਕਈ ਸਕੂਲ ਨੂੰ ਜਿਹੜਾ ਹੈਗਾ ਇਹਨਾਂ ਨੇ ਹਰਿਆ ਭਰਿਆ ਕਰਤਾ ਔਰ ਜਿਹੜੇ ਸਕੂਲ ਦਾ ਢਾਂਚਾ ਇਹਨਾਂ ਨੇ ਬਦਲ ਕੇ ਰੱਖਤਾ। ਇਸ ਚੀਜ਼ ਨੂੰ ਦੇਖ ਕੇ ਸਾਡੇ ਮਨ ਦੇ ਅੰਦਰ ਇੰਨਾ ਜੋਸ਼ ਪੈਦਾ ਹੋਇਆ, ਸਾਨੂੰ ਇੰਨੀ ਖੁਸ਼ੀ ਦੀ ਲਹਿਰ ਸਾਡੇ ਪਿੰਡ ਦੇ ਹਰ ਘਰ ਦੇ ਹਰ ਬੱਚੇ ਦੇ ਪ੍ਰਤੀ ਹੈਗੀ ਹੈ ਕਿ ਅਸੀਂ ਜਿੰਨੇ ਵੀ ਬੱਚੇ ਸਾਰੇ ਸਕੂਲ ਅਸੀਂ ਫੈਸਲਾ ਲਿਆ ਇਹੀ ਪੰਚਾਇਤ ਨੇ ਵੀ ਔਰ ਮੋਹਤਵਾਰ ਪਿੰਡ ਦੇ ਬੱਚਿਆਂ ਬੰਦਿਆਂ ਨੇ ਵੀ ਕਿ ਅਸੀਂ ਜਿੰਨੇ ਵੀ ਸਕੂਲ ਜਾਂ ਪ੍ਰਾਈਵੇਟ ਦੇ ਵਿੱਚ ਬੱਚੇ ਸਾਡੇ ਪੜ੍ਹਦੇ ਹੈਗੇ ਹਨ ਅਸੀਂ ਉਹਨਾਂ ਨੂੰ ਸਾਰਿਆਂ ਨੂੰ ਹਟਾ ਕੇ ਇਸ ਸਕੂਲ ਦੇ ਵਿੱਚ ਪੜ੍ਹਾ ਕੇ ਅਸੀਂ ਇਸ ਸਕੂਲ ਦਾ ਨਾਮ ਰੋਸ਼ਨ ਕਰਨਾ ਚਾਹੁੰਦੇ ਹਾਂ। ਜਿਹੜਾ ਇਹ ਸਕੂਲ ਹੈਗਾ ਇਹਦੇ ਵਿੱਚ ਜਿਹੜਾ ਮਿਡ ਡੇ ਮੀਲ ਹੈਗਾ ਪੰਚਾਇਤ ਦਾ ਜਿਹੜਾ ਗਵਰਨਮੈਂਟ ਵੱਲੋਂ ਆ ਰਿਹਾ ਉਹ ਤਾਂ ਆ ਹੀ ਰਿਹਾ, ਲੇਕਿਨ ਇਸ ਸਟਾਫ ਜਿਹੜਾ ਹੈਗਾ ਇੱਥੇ ਸਕੂਲ ਦਾ ਇਹ ਸਟਾਫ ਆਪਣੇ ਵੱਲੋਂ ਵੀ ਮਤਲਬ ਕਿ ਬਹੁਤ ਕੋਸ਼ਿਸ਼ ਕਰ ਰਿਹਾ ਕਿ ਮਿਡ ਡੇ ਮੀਲ ਦੇ ਵਿੱਚ ਕੋਈ ਨਵੀਂ ਵਰਾਇਟੀ ਤਿਆਰ ਕਰਕੇ ਬੱਚਿਆਂ ਨੂੰ ਇਸ ਤਰ੍ਹਾਂ ਦਾ ਖਾਣਾ ਦੇ ਰਹੀ ਹੈ ਕਿ ਇਹ ਸੱਚੀ ਗੱਲ ਹੈਗੀ ਹੈ ਕਿ ਘਰ ਦੇ ਵਿੱਚੋਂ ਸਾਨੂੰ ਇਹ ਖਾਣਾ ਨਹੀਂ ਮਿਲਦਾ ਹੈਗਾ ਜਿਹੜਾ ਖਾਣਾ ਸਾਨੂੰ ਸਾਡੇ ਬੱਚਿਆਂ ਨੂੰ ਇਸ ਸਕੂਲ ਦੇ ਵਿੱਚ ਮਿਲਦਾ ਹੈਗਾ। ਸਕੂਲੀ ਬੱਚਿਆਂ ਨੇ ਕਿਹਾ ਕਿ ਉਹ ਪ੍ਰਾਈਵੇਟ ਸਕੂਲ ਛੱਡ ਕੇ ਸਰਕਾਰੀ ਸਕੂਲ 'ਚ ਪੜ੍ਹ ਰਹੇ ਹਨ ਅਤੇ ਉਹਨਾਂ ਨੂੰ ਬਹੁਤ ਵਧੀਆ ਲੱਗ ਰਿਹਾ ਹੈ। ਜੀ ਪਹਿਲਾਂ ਮੈਂ ਪ੍ਰਾਈਵੇਟ ਸਕੂਲ 'ਚ ਪੜ੍ਹਦਾ ਸੀ ਜੀ, ਹੁਣ ਮੈਂ ਜੀ ਮੈਨੂੰ ਇੱਥੇ ਸਕੂਲ ਦੀ ਜੀ ਪੜ੍ਹਾਈ ਵਧੀਆ ਲੱਗੀ ਜੀ, ਮੈਂ ਜੀ ਹੁਣ ਜੀ ਸਰਕਾਰੀ ਸਕੂਲ 'ਚ ਪੜ੍ਹਦਾ ਹਾਂ ਜੀ, ਉੱਥੇ ਨਾਲ ਤਾਂ ਜੀ ਬਹੁਤ ਵਧੀਆ ਹੈ ਜੀ। ਜੇਕਰ ਇਸੇ ਤਰ੍ਹਾਂ ਹੀ ਹੋਰ ਅਧਿਆਪਕ, ਨਗਰ ਨਿਵਾਸੀ ਅਤੇ ਨਗਰ ਪੰਚਾਇਤ ਵੀ ਕਰੇ ਤਾਂ ਸਾਡੇ ਸਰਕਾਰੀ ਸਕੂਲਾਂ ਦੀ ਹਾਲਤ ਸੁਧਰ ਸਕਦੀ ਹੈ ਅਤੇ ਪ੍ਰਾਈਵੇਟ ਸਕੂਲਾਂ ਨਾਲੋਂ ਵਧੀਆ ਪੜ੍ਹਾਈ ਉੱਥੇ ਹੋ ਸਕਦੀ ਹੈ। ਅਜੀਤ ਵੈਬ ਟੀਵੀ ਦੇ ਲਈ ਮਲੇਰਕੋਟਲਾ ਤੋਂ ਜਮੀਲ ਦੀ ਰਿਪੋਰਟ। ਵਧੇਰੇ ਖਬਰਾਂ ਦੇ ਲਈ ਤੁਸੀਂ ਬਣੇ ਰਹੋ ਅਜੀਤ ਵੈਬ ਟੀਵੀ ਦੇ ਨਾਲ।